ਤੁਸੀਂ ਹੁਣ ਪੂਰੇ ਜ਼ੋਰ ਦੇ ਨਾਲ ਪੂਰੇ ਦਿਲ ਦੇ ਨਾਲ ਪੂਰੀ ਸਮਝ ਦੇ ਨਾਲ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਪੂਰੀ ਲਾਊਡ ਵੌਇਸ ਦੇ ਵਿੱਚ ਪੂਰੀ ਉੱਚੀ ਆਵਾਜ਼ ਦੇ ਵਿੱਚ ਕਹਿਣਾ ਆ ਆਈ ਲਵ ਯੂ ਜੀਸਸ ਕੀ ਕਹਿਣਾ ਆ ਆਈ ਲਵ ਯੂ ਜੀਸਸ ਅਰ ਸਿਰਫ ਇਹੀ ਸ਼ਬਦ ਅੱਜ ਤੁਹਾਡੀ ਹੀਲਿੰਗ ਕਰੇਗਾ ਡਿਲੀਵਰੈਂਸ ਕਰੇਗਾ ਔਰ ਇੱਥੇ ਸਾਈਨਸ ਹੋਣਗੇ करन ली रेडी है मैं जदों 3 कहांगी सबने शाउट करना और पूरी रीजनल चिल्ला के कहना आई लव यू जीसस 1 2 3 आई लव यू जीसस पास्टर जी ये बैंड कई हफ्तों तो ਡਿਪਰੈਸ਼ਨ ਦੇ ਵਿੱਚ ਸੀ ਹਾਂ ਕਹਿੰਦੇ ਮੈਨੂੰ ਕੁਝ ਵੀ ਸਮਝ ਨਹੀਂ ਸੀ ਲੱਗਦੀ ਇਹ ਆਪਣੇ ਸਰੀਰ ਦੇ ਉੱਤੇ ਕੱਟ ਵੱਟ ਕਰਦੇ ਸੀ ਆਪਣੇ ਸਰੀਰ ਨੂੰ ਮਾਰਦੇ ਸੀ ਆਪਾਂ ਇਹਦੀਆਂ ਬਾਹਾਂ ਦੇ ਉੱਤੇ ਨਿਸ਼ਾਨ ਦੇਖ ਸਕਦੇ ਆ ਸਕਰੀਨ ਤੇ ਸਾਰੇ ਜਣੇ ਦੇਖੋ ਕਿਹੜਾ ਡਿਪਰੈਸ਼ਨ ਸੀ ਇਹਨੂੰ ਕਿ ਆਪਣੇ ਆਪ ਨੂੰ ਵੱਢਦੀ ਸੀਗੀ ਕਹਿੰਦੇ ਮੇਰੇ ਪੇਟ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਲੈਂਦੀ ਸੀ ਕਹਿੰਦੇ ਜਦੋਂ ਹੁਣੇ ਪ੍ਰਾਰਥਨਾ ਹੋਈ ਜਦੋਂ ਆਈ ਲਵ ਯੂ ਜੀਸਸ ਕਿਹਾ ਇਸ ਭੈਣ ਦੇ ਸਾਰੇ ਬੰਧਨ ਟੁੱਟ ਗਏ ਡਿਪਰੈਸ਼ਨ ਤੋਂ ਹਾਲੇਲੂਯਾ ਪਾਸੀ ਬਹੁਤ ਵੱਡੀ ਚੰਗਿਆਈ ਮਿਲੀ ਇਸ ਭਰਾ ਨੂੰ 2 ਸਾਲ ਹੋ ਗਏ ਇਹਨਾਂ ਦੇ ਗਲ ਦੇ ਅੰਦਰਲੀ ਸਾਈਡ ਤੇ ਇੱਕ ਗਿਲਟੀ ਸੀ ਹੁਣੇ ਜਦੋਂ ਤੁਸੀਂ ਕਿਹਾ ਕਿ ਆਈ ਲਵ ਯੂ ਜੀਸਸ ਬੋਲੋ ਜਦੋਂ ਇਹਨਾਂ ਨੇ ਬੋਲਿਆ ਕਹਿੰਦੇ ਮੈਂ ਚੈੱਕ ਕੀਤਾ ਗਿਲਟੀ ਉਸੇ ਵਕਤ ਗਾਇਬ ਹੋ ਗਈ ਹਾਲੇਲੂਯਾ ਸਾਰੇ ਜਾਣੇ ਕਹਿ ਦੋ ਆਈ ਲਵ
साल तो शरीर दे विच पूरी तरह दर्दा हुंदिया सन हुणे तुसी प्रार्थना कीती और क्या के आई लव यू जीसस बोलो जदो इन्हां ने बोलिया कहिंदे शरीर दे विचों सारिया दर्दा चल गया पूरी तरह तंदुरुस्त हो गए ने पूरी तरह तंदुरुस्त हो गए ने हालेलुया पास जी बहुत वड्डा चमत्कार होया इस भरा नूं बहुत वड्डी चंगियाई मिली आ 12 साल पहला इस भरा दी इक लत दे तो ट्रैक्टर दा टायर निकल गया सी चढ़ गया सी इहने दी लत ते जिहदे करके कहिंदे मैं इक लत दे ते भार नहीं सी पा सकदा पर कहिंदे अज जदों प्रार्थना होई आई लव यू जीसस क्या ए टेस्ट करके आए ने कि 15 मिनट अपनी लत ते खड़े होए ने हफ्ते 10 दिन तो डिप्रेशन दे वेच सी कहिंदे इतना दिमाग ते बहुत सी कि अखां दे उत्ते जो पिया सी कि तोरदी भी सी ते मैनूं पता नहीं सी लगदा कि मैं कित्थे तोरदी पई आ कहिंदे गल भी मैनूं कम याद भुल जांदे सी कि मैं की करना सी ते की कर रही आ कहिंदे हुणे जदों प्रार्थना होई आई लव यू जीसस बोलिया कहिंदे मैनूं इंज लगदा जिवें इक हफ्ते बाद मैं इस दुनिया नूं देखिया सारा डिप्रेशन छड्ड के चला गया हालेलुया ਉਹ ਸਾਰੇ ਬੋਝ ਚੱਕ ਲਏ ਉਹਨੇ ਤੁਹਾਡੇ ਹਾਲੇਲੂਇਆ ਸਾਰੇ ਫਿਕਰ ਉਹਨੇ ਚੱਕ ਲਏ ਔਰ ਤੁਸੀਂ ਸੱਚੀ ਅੱਜ ਤੋਂ ਤੁਸੀਂ ਇੱਕ ਨਵੇਂ ਤਰੀਕੇ ਦੇ ਨਾਲ ਦੁਨੀਆ ਨੂੰ ਔਰ ਆਪਣੇ ਪਰਿਵਾਰ ਨੂੰ ਦੇਖੋਗੇ ਹਾਲੇਲੂਇਆ ਪਾਸ਼ੀ ਇਹਨਾਂ ਦੇ ਰੀੜ ਦੀ ਹੱਡੀ 'ਚ ਸਮੱਸਿਆ ਸੀ ਨੀਚੇ ਝੁੱਕ ਨਹੀਂ ਸਕਦੇ ਸਨ ਬੈਠ ਨਹੀਂ ਸਕਦੇ ਸਨ ਹੁਣੇ ਪ੍ਰਾਰਥਨਾ ਹੋਈ ਔਰ ਸਾਰਾ ਦਰ ਚਲ ਗਿਆ ਭਰਾ ਝੁੱਕਦੇ ਨੇ ਨੀਚੇ ਬੈਠਦੇ ਨੇ ਪਰਮ ਦਾ ਧੰਨਵਾਦ ਕਰਦੇ ਨੇ ਹਾਲੇਲੂਇਆ ਝੁੱਕ ਨਹੀਂ ਸਕਦੇ ਅਸੀਂ ਬੈਠ ਨਹੀਂ ਸਕਦੇ ਅਸੀਂ ਦੌੜ ਨਹੀਂ ਸਕਦੇ ਅਸੀਂ ਸਭ ਕੁਝ ਕਰ ਸਕਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪੌਲਸ ਕਹਿੰਦਾ ਮੈਂ ਸਭ ਕੁਝ ਕਰ ਸਕਦਾ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਦੇ ਜ਼ੋਰ ਬਖਸ਼ਦਾ ਹਾਲੇਲੂਇਆ ਪਾਸੂ ਜੀ ਨੇ 2 ਸਾਲ ਤੋਂ ਲੱਤ ਦੇ ਵਿੱਚ ਦਰਦ ਸੀ ਨਾ ਬੈਠ ਸਕਦੇ ਸੀ ਪੈਰਾਂ ਪਰ ਨਾ ਹੀ ਝੁੱਕ ਸਕਦੇ ਸੀ ਪਰ ਅੱਜ ਪ੍ਰਾਰਥਨਾ ਤੋਂ ਬਾਅਦ ਪੈਰਾਂ ਪਰ ਬੈਠ ਵੀ ਸਕਦੇ ਆ ਝੁੱਕ ਨਹੀਂ ਵੀ ਮਾਰ ਸਕਦੇ ਤੁਸੀਂ ਬਿਲਕੁਲ ਠੀਕ ਨੇ ਚੈੱਕ ਕਰੋ ਮੈਂ ਕਹਿੰਦੀ ਜਿਹੜੇ ਜਿਮ ਜਾਂਦੇ ਆ ਨਾ ਇੰਨੀ ਛੇਤੀ ਤਾਂ ਉਹ ਵੀ ਨਹੀਂ ਕਰ ਸਕਦੇ ਜਿੰਨੀ ਛੇਤੀ ਭੈਣ ਨੇ ਸਟ੍ਰੈਚ ਕਰਕੇ ਦਿਖਾਇਆ ਹੈ ਜਿੰਨੀ ਛੇਤੀ ਨੇ ਬੈਠ ਕੇ ਯਿਸੂ ਮਸੀਹ ਦੇ ਨਾਮ ਜੈ ਹਾਲੇਲੂਇਆ ਵਾਹ ਪਾਸਟਰ ਜੀ ਇਹਨਾਂ ਦੇ ਦੋ ਕਮਰ ਚ ਗਿਲਟੀ ਸੀ ਜਿਸ ਕਰਕੇ ਕਮਰ ਚ ਬਹੁਤ ਦਰਦ ਰਹਿੰਦੀ ਸੀ ਹੁਣੀ ਜਦੋਂ ਆਈ ਲਵ ਯੂ ਜੀਸਸ ਕਿਹਾ ਤਾਂ ਗਿਲਟੀ ਗਾਇਬ ਹੋ ਗਈ ਹਾਲੇਲੂਇਆ ਤੁਸੀਂ ਦੇਖੋ ਸ਼ਬਦ ਦੀ ਸਮਰਥ ਨੂੰ ਦੇਖੋ ਆਪਣੇ ਪ੍ਰੇਮ ਦੀ ਸਮਰਥ ਨੂੰ ਦੇਖੋ ਔਰ ਆਪਣੀ ਨੇਚਰ ਦੇ ਸਮਰਥ ਨੂੰ ਦੇਖੋ ਹਾਲੇਲੂਇਆ ਤੁਸੀਂ ਮੰਨਦੇ ਆ ਕਿ ਯਿਸੂ ਜਿੰਦਾ ਪਰਮੇਸ਼ਵਰ ਆ ਯੈਸ ਹਾਲੇਲੂਇਆ ਅੱਜ ਦੇ ਟੈਸਟਮਨੀਸ ਨੂੰ ਦੇਖ ਰਹੇ ਆ ਆਨਲਾਈਨ ਮੈਂ ਤੁਹਾਨੂੰ ਕਹਿੰਦੀ ਤੁਸੀਂ ਵੀ ਕਹੋ ਆਈ ਲਵ ਯੂ ਜੀਸਸ ਸਰ ਤੁਹਾਡੇ ਜੀਵਨ ਦੀ ਸਮੱਸਿਆ ਵੀ ਗਾਇਬ ਹੋਏ ਆਮੇਨ ਆਮੇਨ ਯੈਸ ਪਾਸੀ 4 ਸਾਲ ਹੋ ਗਏ ਬੈਕ ਪੇਨ ਸੀ ਨੀਚੇ ਝੁੱਕ ਨਹੀਂ ਸਕਦੇ ਸੀ ਬੈਠ ਨਹੀਂ ਸਕਦੇ ਸੀ ਕਹਿੰਦੇ ਬਹੁਤ ਦਰਦ ਰਹਿੰਦੀ ਸੀ ਮੀਟਿੰਗ ਚ ਜਦੋਂ ਆਏ ਸੀ ਉਦੋਂ ਵੀ ਬਹੁਤ ਪੇਨ ਹੋ ਰਹੀ ਸੀ ਹੁਣੇ ਤੁਸੀਂ ਪ੍ਰਾਰਥਨਾ ਕੀਤੀ ਸਾਰਾ ਦਰਦ ਚਲ ਗਿਆ ਨੀਚੇ ਝੁੱਕਦੇ ਨੇ ਬੈਠਦੇ ਨੇ ਔਰ ਦੌੜਦੇ ਨੇ ਹਾਲੇਲੂਇਆ ਪਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਡਿਓਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਡਿਓਲ ਖੋਜੇਵਾਲਾ।